ਭਾਵੇਂ ਕਿ ਆਪਣੇ ਵਾਅਦੇ ਮੁਤਾਬਕ ਕੈਪਟਨ ਸਰਕਾਰ ਪੰਜਾਬ ਵਿੱਚ ਕਿਸਾਨਾਂ ਦਾ ਥੋੜਾ ਥੋੜਾ ਕਰਕੇ ਕਰਜ਼ਾ ਮਾਫ਼ ਜ਼ਰੂਰ ਕਰ ਰਹੀ ਹੈ ਪਰ ਕਿਸਾਨਾਂ ਦੀਆਂ ਮੁਸ਼ਕਲਾਂ ਹਾਲੇ ਵੀ ਜਿਉਂਦੀਆਂ ਤਿਉਹ ਹਨ ਕਿਸਾਨ ਹਾਲੇ ਵੀ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਨੇ ਅਜਾਹ ਵਿੱਚ ਪੰਜਾਬ ਵਿੱਚ ਕਿਸਾਨੀ ਨੂੰ ਕਿਵੇਂ ਲਾਹੇਵੰਦ ਅੰਦਾ ਬਣਾਇਆ ਜਾਵੇ ਇਸ ਲਈ ਕਿਸੇ ਖਾਸ ਖੇਤੀ ਬਾਹਰ ਦੀ ਪੰਜਾਬ ਸਰਕਾਰ ਨੂੰ ਸੇਵਾਵਾਂ ਲੈਣ ਦੀ ਲੋੜ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੇ ਵਿੱਚ ਹੀ ਇੱਕ ਅਜਿਹਾ ਤਰਤੀ ਪੁੱਤਰ ਹੈ ਜਿਹਦੀਆਂ ਸੇਵਾਵਾਂ ਸਰਕਾਰ ਲੈ ਸਕਦੀ ਹੈ ਪਰ ਹਾਲੇ ਤੱਕ ਉਸ ਦੇ ਬਾਰੇ ਸੋਚਿਆ ਤੱਕ ਨਹੀਂ ਗਿਆ ਸਭ ਤੋਂ ਪਹਿਲਾਂ ਤੇ ਤੁਹਾਨੂੰ ਦੱਸ ਦਿਆਂ ਕਿ ਇਹ ਤਰਤੀ ਪੁੱਤਰ ਹੈ ਕੌਣ ਪਾਕਿਸਤਾਨ ਦੇ ਜੰਪਲ ਅਤੇ ਲੁਧਿਆਣਾ ਨਿਵਾਸੀ ਡਾਕਟਰ ਸਰਦਾਰਾ ਸਿੰਘ ਜੌਲ ਹਨ ਇਹ ਤਰਤੀ ਪੁੱਤਰ ਇਸ ਵਿਲੇ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਕੁਲਪਤੀ ਹਨ ਇਸ ਤੋਂ ਪਹਿਲਾਂ ਉਹ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਵਜੋਂ ਸੇਵਾਵਾਂ ਦੇ ਚੁੱਕੇ ਹਨ ਖੇਤੀ ਉਹ ਜਦੋਂ Delhi ਪਹਿਲਾ ਪਦਮਸ਼ਰੀ ਮਿਲਿਆ ਅਤੇ ਫਿਰ ਪਦਮ ਵਿਭੋਸ਼ਨ ਆਪਣੀ ਸਿਆਰਮ ਅਤੇ ਕਮਦੇ ਬਲਬੁੱਤੇ ਉਹਨਾਂ ਪੂਰੇ ਦੇਸ਼ ਦੀ ਧਰਤੀ ਗਾਹੀ ਹੋਈ ਹੈ। ਮੂਲ ਰੂਪ ਵਿੱਚ ਉਹ ਖੇਤੀ ਵਿਗਿਆਨੀ ਹਨ ਬੜੇ ਸਿੱਧੇ ਸਾਦੇ ਪਰ ਗੁਣਾਂ ਦੇ ਪੂਰੀ ਗੁੱਥਲੀ ਹਨ। ਉਹ ਆਪਣਾ ਕੰਮ ਕਿਵੇਂ ਕਰਨਾ ਇਹ ਤਾਂ ਜਾਣਦੇ ਹੀ ਹਨ। ਸਭੋਂ ਕੰਮ ਕਰਵਾਉਣਾ ਕਿਵੇਂ ਹੈ ਕਿਸੇ ਕੋਲੋਂ ਇਹ ਵੀ ਬਹੁਤ ਵੱਖੂ ਵੀ ਜਾਣਦੇ ਨੇ। ਹੁਣ ਜਦੋਂ ਪੰਜਾਬ ਦੀ ਖੇਤੀ ਕਾਫੀ ਸੰਕਟ ਵਿੱਚ ਹੈ। ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਕਰਨ ਦੇ ਲਈ ਮਜਬੂਰ ਹੈ ਅਤੇ ਸਰਕਾਰ ਦਾ ਖਜ਼ਾਨਾ ਖਾਲੀ ਹੈ ਤਾਂ ਫਿਰ ਹੈਰਾਨੀ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਘਰ ਵਿੱਚ ਹੀ ਮੌਜੂਦ ਇੱਕ ਕਾਬਲ ਅਤੇ ਭਰੋਸੇਯੋ ਇਹ ਤੇ ਸਾਸ਼ਟਰੀ ਕੋਲ ਇਸ ਸੰਕਟ ਵਿੱਚੋਂ ਨਿਕਲਣ ਲਈ ਕੋਈ ਸਲਾਹ ਕਿਉਂ ਨਹੀਂ ਲੈ ਰਹੇ ਜੇਕਰ ਇਸ ਨੂੰ ਦੇਵੇ ਹੇਟ ਹਨੇਰੇ ਵਾਲੀ ਗੱਲ ਕਰੀਏ ਤਾਂ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ ਹੋਵੇਗੀ ਦੇਸ਼ ਦੇ ਇੱਕ ਸਮੇਂ ਪ੍ਰਧਾਨ ਮੰਤਰੀ ਪੀ ਵੀ ਨਰਸਿੰਘਾ ਰਾਓ ਨੂੰ ਪੂਰੀ ਤਰ੍ਹਾਂ ਗੜਬੜਾ ਗਈ ਅਰਥ ਵਿਵਸਥਾ ਨੂੰ ਪੈਰਾਸਿਰ ਕਰਨ ਦੇ ਲਈ ਇੱਕ ਅਰਥ ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਦੀਆਂ ਸੇਵਾਵਾਂ ਲੈਣੀਆਂ ਪਈਆਂ ਅਤੇ ਸੱਚੀ ਮੂਚੀ ਡਾਕਟਰ ਮਨਮੋਹਨ ਸਿੰਘ ਨੇ ਦੇਸ਼ ਦੀ ਮਾਲੀ ਹਾਲਤ ਨੂੰ ਵੇਖਦੇ ਹੀ ਵੇਖਦੇ ਪੈਰਾਸਿਰ ਖੜਾ ਕਰ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਹੀ ਡਾਕਟਰ ਜੋਲ ਨੂੰ ਆਪਣੀ ਪਹਿਲੀ ਸਰਕਾਰ ਦੇ ਵਿੱਚ ਯੋਜਨਾ ਬੋਰਡ ਦਾ ਉਪ ਚੇਅਰਮੈਨ ਲਗਾਇਆ ਸੀ ਯੋਜਨਾ ਬਣਾ ਕੇ ਸਰਕਾਰ ਨੂੰ ਦਿੱਤੀ ਸੀ ਪਰ ਕੁਝ ਕਾਰਨਾ ਕਰਕੇ ਉਹ ਯੋਜਨਾ ਖੰਡੇ ਬਸਤੇ ਪੈ ਗਈ। ਉਦੋਂ ਸ਼ਾਇਦ ਹਾਲਾਤ ਠੀਕ ਸਨ ਪਰ ਅੱਜ ਹਾਲਾਤ ਕਿਸਾਨੀ ਦੇ ਲਈ ਸੁਖਾਵੇਂ ਨਹੀਂ ਹਨ। ਡਾਕਟਰ ਸਰਦਾਰਾ ਸਿੰਘ ਜੋਲ ਅਸਲ ਵਿੱਚ ਕੁਝ ਕਰਕੇ ਵੀ ਗੁਜ਼ਰਨਾ ਚਾਹੁੰਦੇ ਹਨ ਅਤੇ ਹੁਣੇ ਜਹੀ ਉਹਨਾਂ ਨੇ ਕੁਝ ਚਿੰਤਕਾਂ ਦੇ ਨਾਲ ਮਿਲ ਕੇ ਲੋਕ ਹਿੱਤਾਂ ਦੇ ਲਈ ਜੈ ਪੰਜਾਬ ਫਾਰਮ ਵੀ ਬਣਾਇਆ ਹੈ। ਜਿਨ੍ਹਾਂ ਵਿਅਕਤੀਆਂ ਦੇ ਵਿੱਚ ਕੁਝ ਖਾਸ ਕਰਨ ਦੀ ਚਾਹਤ ਹੋਵੇ, ਸਮਰਥਾਵਾਂ ਹੋਣ ਉਹਨਾਂ ਦਾ ਫਾਇਦਾ ਲੋਕਾਂ ਦੇ ਭਲੇ ਲਈ ਉਠਾਇਆ ਵੀ ਜਾਣਾ ਚਾਹੀਦਾ ਹੈ। ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੀ ਕਿਸਾਨੀ ਨੂੰ ਮੁੜ ਪੈਰਾਸਰ ਕਰਨ ਦੇ ਲਈ ਧਰਤੀ ਪੁੱਤਰ ਸਰਦਾਰਾ ਸਿੰਘ ਝੋਲ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਕਿਸਾਨੇ ਕੋਈ ਲਾਹੇਵੰਤੰਤਾ ਨਹੀਂ ਰਿਹਾ ਕਿਸਾਨ ਦਾ ਪੁੱਤ ਕਿਸਾਨ ਨਹੀਂ ਬਣਨਾ ਚਾਹੁੰਦਾ ਇਸ ਕਰਕੇ ਕਿਸਾਨੇ ਨੂੰ ਲਾਹੇਵੰਤੰਤਾ ਬਣਾਉਣ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਬਰਤੀ ਡਾਕਟਰ ਸਰਦਾਰਾ ਸਿੰਘ ਝੋਲ ਦੇ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ